ਸੁਲਾਵਾ ਜਨਾਬ ਵੀਟ ਥ੍ਰੈਸ਼ਰ ਸਾਡੀ ਮੇਨ ਆਈਟਮ ਹੈ ਵੀਟ ਥ੍ਰੈਸ਼ਰ ਅੱਛਾ ਗੰਦਮ ਵਾਲੀ ਥ੍ਰੈਸ਼ਰ ਅੱਛਾ ਇਹਦੇ ਵਿੱਚ 3-4-5-10 ਕੁਆਲਟੀਆਂ ਨੇ ਸਾਢੇ ਚਾਰ ਫੁੱਟ ਮਾਡਲ ਤਿਆਰ ਹੋ ਗਿਆ ਸਾਢੇ ਚਾਰ ਫੁੱਟ ਸਿੰਗਲ ਸਾਢੇ ਚਾਰ ਫੁੱਟ ਗੰਦਮ ਵਾਲੀ ਹਾਂਜੀ ਗੋਦਾਮ 'ਚ ਖੜੀਆਂ ਦੁਕਾਨ ਨੇ ਨਹੀਂ ਨਹੀਂ ਕੇ ਪੀ ਕੇ ਮਾਡਲ ਨਹੀਂ ਉਹਦੇ ਵਿੱਚ ਨਾ ਕੁਛ ਲੋਕ ਐਸੇ ਨੇ ਜਿਹਨਾਂ ਕੋਲ ਛੋਟਾ ਟਰੈਕਟਰ ਨੇ ਉਹਦਾ ਘੱਟ ਵਧਣ ਵਾਲੀਆਂ ਮਸ਼ੀਨਾਂ ਬਣਵਾਉਂਦੇ ਨੇ ਅੱਛਾ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਜ਼ਿਆਦਾ ਬਣਵਾਉਂਦੇ ਨੇ ਭਾਰੀਆਂ ਮਸ਼ੀਨਾਂ ਇਹਦਾ ਹੀ ਪਿਆ ਹਾਂਜੀ 38 ਇੰਚ ਡਾਇਆ ਉਸ ਵੇਟ ਦਾ ਤਕਰੀਬਨ 225 ਕਿਲੋ ਵਜ਼ਨ ਅੱਛਾ ਇਹ ਵੇਟ ਦੋ ਲਾ ਰਹੇ ਹੋ ਤਿੰਨ ਵੇਟ ਹੈ ਚਾਰ ਵੇਟ ਵਾਲੀ ਵੀ ਹੈ ਅੱਛਾ ਚਾਰ ਵੇਟ ਵਾਲੀ ਵੀ ਹੈ ਇਹ ਜਿਹੜੀ ਛੋਟੀ ਮਸ਼ੀਨ ਹੈ ਇਹ ਬੜੀ ਮਸ਼ੀਨ ਇਹਨਾਂ ਵਾਸਤੇ ਆਈਡੀਆ ਦਿੰਦੇ ਜਦੋਂ ਤੁਹਾਨੂੰ ਛੋਟੀ ਮਸ਼ੀਨ ਹੈ ਨਾ ਇਹ ਹੁਣ ਤਕਰੀਬਨ ਇਸ ਟਾਈਮ ਦੇ ਹਾਜ਼ਰ ਵਕਤ ਰੇਟ ਦੇ ਚੱਲਦੇ ਪਏ ਨਾ ਛੋਟੀ ਮਸ਼ੀਨਾਂ ਦੇ ਸਾਡੇ ਹੈ ਸਾਢੇ ਚਾਰ ਫੁੱਟ ਦੇ ਵਿੱਚ ਹੀ ਨੇ ਕਟਰ ਸਾਰੀਆਂ 112 ਨੇ ਜਿਹੜੇ ਸਾਢੇ ਚਾਰ ਫੁੱਟ ਨੇ ਤੇ ਸਿਰਫ ਉਹਨਾਂ ਦੇ ਵਜ਼ਨ ਦੇ ਵਿੱਚ ਫਰਕ ਹੈ ਮਟੀਰੀਅਲ ਦੇ ਵਿੱਚ ਫਰਕ ਹੈ 9 ਲੱਖ ਰੁਪਏ ਤੋਂ ਲੈ ਕੇ ਇਸ ਟਾਈਮ ਹਾਜ਼ਰ ਵਕਤ 12 ਲੱਖ ਰੁਪਏ ਤੱਕ ਫਰੈਸ਼ਰ ਹੈ ਤੇ ਇਹਦੇ ਵਿੱਚ ਵਾਰੰਟੀ ਤੁਸੀਂ ਕਿੰਨੀ ਦੇ ਵਾਰੰਟੀ ਹੈ ਇਹਦੀ ਇੱਕ ਸੀਜ਼ਨ ਦੀ ਵਾਰੰਟੀ ਹੈ ਦਾਣਾ ਤੋੜੇ ਟੁੱਕੇ ਉਹਦੀ ਆਰ ਕਿਸਮ ਦੀ ਗਾਰੰਟੀ ਹੈ ਜ਼ਬਰਦਸਤ ਹੋ ਗਿਆ ਤੇ ਇਹ ਆਪਣੀ ਸਾਰੀਆਂ ਮਸ਼ੀਨਾਂ ਨੇ ਜੀ ਜਿਹਦੇ ਤੇ ਨੂੰ ਬੈਂਡ ਬੁੰਡ ਕਰਨਾ ਹੁੰਦਾ ਜਾਂ ਪ੍ਰੈਸ ਕਰਨਾ ਹੁੰਦਾ ਇਸ ਤਰ੍ਹਾਂ ਦੇ ਤੇ ਬੜਾ ਅੱਛਾ ਸਿਸਟਮ ਹੈਗਾ ਤੇ ਕਾਫੀ ਵਸੀ ਸਿਸਟਮ ਹੈ ਇਹਦਾ ਆਪਾਂ ਛੋਟੀ ਜਿਹੀ ਇੱਕ ਵਰਕਸ਼ਾਪ ਵਿੱਚ ਖੜੇ ਹਾਂ ਇਸ ਤੋਂ ਅਲੱਗ ਆਪਾਂ ਚਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਇਹ ਥ੍ਰੈਸ਼ ਨਾਲ ਬਿਲਕੁਲ ਤਿਆਰ ਹੋ ਜਾਂਦਾ ਰੂਟਰ ਵਗੈਰਾ ਹਰ ਤਰ੍ਹਾਂ ਦੇ ਔਜ਼ਾਰ ਬਣਾ ਦੇਣ ਤਕਰੀਬਨ ਇੱਕ ਸਾਈਜ਼ ਖੜੇ ਨੇ ਸਾਰੇ ਜ਼ਿਆਦਾ ਮਸ਼ੀਨਾਂ ਲੋਡ ਹੋ ਗਈਆਂ ਨੇ ਠੀਕ ਹੋ ਗਿਆ ਇਹ 4.5 ਫੁੱਟੀਆਂ ਨੇ ਇਹ ਛੋਟੀ ਮਸ਼ੀਨ ਖੜੀ ਗਈ ਜਾਂ ਬੜੀ 4.5 ਫੁੱਟੀਆਂ ਨੇ ਸਾਰੀਆਂ ਸਾਢੇ ਚਾਰ ਫੁੱਟ ਹੁੰਦੀ ਇੱਕ 5 ਫੁੱਟ ਹੁੰਦੀ ਹੈ ਅੱਛਾ ਇਹਨਾਂ ਨੂੰ ਕਿਹੜੀ ਐਚ ਕਿੰਨਾ ਐਚਪੀ ਦਾ ਟਰੈਕਟਰ ਖਿੱਚਦਾ ਇਹ ਤਕਰੀਬਨ 480 ਤੋਂ ਲੈ ਕੇ 240 ਤੋਂ ਲੈ ਕੇ ਤਕਰੀਬਨ ਜਿਹੜਾ ਮਰਜ਼ੀ ਲਾ ਦਿਓ ਸਾਰੇ ਟਰੈਕਟਰ ਮਤਲਬ ਹਾਂਜੀ ਠੀਕ ਹੈ 200 ਛੋਟੇ ਟਰੈਕਟਰ 240 480 ਤੋਂ ਲੈ ਕੇ 85 ਤੱਕ ਰੂਸੀ ਤੱਕ ਜਿਹੜਾ ਮਰਜ਼ੀ ਲਾ ਦਿਓ ਅੱਛਾ ਜ਼ਬਰਦਸਤ ਹੋ ਗਿਆ ਇਹਨਾਂ ਨੂੰ ਪੁਲੀਆਂ ਡਬਲ ਪਾਈਆਂ ਆਣੇ ਮੈਸੀ ਫੀਟ ਦੀ ਪੁਲੀ ਲਹਿਦਾ ਪਾਈ ਹੈ ਮਿਸਾਲ ਇਹਦੇ ਤੁਹਾਨੂੰ ਚਲਾਉਣਾ ਪਿੱਛੇ ਫੀਟ ਥੋੜਾ ਚੱਕਰ ਕੰਮ ਹੁੰਦੇ ਨੇ ਇਹਦੇ ਪਿੱਛੇ ਤੁਸੀਂ ਲਾਓ ਦੇ ਬੈਲਟ ਲਾ ਦਿਓ ਤੇ ਵਾਸਤੇ ਤੁਹਾਨੂੰ ਪੁਲੀ ਨਹੀਂ ਚੇਂਜ ਕਰਨੀ ਪੈਦੀ ਇਹ ਇੱਥੇ ਆ ਕੇ ਫੀਟ ਚੱਲ ਜੇਗਾ ਜੀ ਤੁਸੀਂ ਉਹੀ ਤੁਹਾਨੂੰ ਅੱਛਾ ਅਗਰ ਫੀਟ ਤੇ ਚਲਾਉਣੀ ਹੈ ਤੇ ਬੈਲਟ ਇੱਥੇ ਦੇਣੇ ਨੇ ਹਾਂਜੀ ਠੀਕ ਹੈ ਇਹਦੂ ਇਸ ਸਾਈਡ ਤੇ ਹਾਂਜੀ ਤੇ ਅਗਰ ਮੈਸੀ ਤੇ ਚਲਾਉਣੇ ਨੇ ਉਹਦੇ ਚੱਕਰ ਜ਼ਿਆਦਾ ਨੇ ਹਾਂਜੀ ਉਹਨੂੰ ਅੱਗੇ ਕਰ ਦਿਓ ਉਹਨੂੰ ਅੱਗੇ ਬੈਲਟ ਕਰ ਉਹੀ ਬੈਲਟ ਅੱਗੇ ਹੋ ਜਾਂਦੇ ਬੰਦੇ ਨੂੰ ਤਕਲੀਫ ਨਹੀਂ 2 ਮਿੰਟ ਲੱਗੇ ਤਾਂ ਪੇਜ ਕਸਣਾ ਬੈਲਟ ਅੱਗੇ ਪਿੱਛੇ ਪੁਲੀ ਚੇਂਜ ਨਹੀਂ ਕਰਨੀ ਪਈ ਪੁਲੀਆਂ ਡਬਲ ਪਾ ਦਿੱਤੀਆਂ ਨੇ ਇਸ ਤੋਂ ਇਲਾਵਾ ਵੇਟ ਇਹਨੂੰ ਆਪਣੇ ਮਿਲ ਜਾਂਦੇ ਆ ਜੀ 3 ਮਿੰਟ ਲੱਗੇ ਹੋਏ ਜਾਂ 4 ਤਿੰਨ ਵੇਟਾਂ ਵਾਲੀ ਵੀ ਆਣੇ 4 ਵਾਲੀ ਵੀ ਆਣੇ 38 ਇੰਚ ਦਾ ਵੇਟ ਪਿਆ ਇਸ ਮਸ਼ੀਨ ਨੂੰ ਸਾਹਮਣੇ ਫਰੰਟ ਤੇ 38 ਇੰਚ ਦਾ ਤਕਰੀਬਨ 170 ਕਿਲੋ ਵਜ਼ਨ ਹੈ ਬਹੁਤ ਹਲਕੀ ਚੱਲਣ ਵਾਲੀ ਥਰੈਸ਼ਰ ਇਹ ਇੱਕ ਵੇਟ ਇਹਦੇ ਆ ਇੱਕ ਵੇਟ ਉਹਦੇ ਲੱਗਾ ਤਿੰਨ ਵੇਟ ਨੇ ਇਹਨੂੰ ਆਓ ਠੀਕ ਹੈ ਇੱਕ ਦਰਮਿਆਨ ਦੇ ਵਿੱਚ ਇੱਕ ਬਾਹਰ ਹੈ ਟਰੈਕਟਰ ਚਾਹੀਦਾ ਬਣਾਈ ਦੀਆਂ ਨੇ ਬਲੋਰ ਲੱਗਣਾ ਡਬਲ ਬਲੋਰ ਵਾਲੀ ਹੁੰਦੀ ਹੈ ਤੇ ਇਹ ਗੁੰਡੀ ਛੁੰਡੀ ਜਿਹੜਾ ਬਿਲਕੁਲ ਦਾਣੇ ਸਾਫ਼ ਗੰਦਮ ਸਾਫ਼ ਇਹ 9 ਲੱਖ ਰੁਪਏ ਦੀ 4.5 ਫੁੱਟ ਥ੍ਰੈਸ਼ਰ ਹੈ ਅੱਛਾ ਇਸ ਤੋਂ ਬਾਅਦ ਇੱਕ 4.5 ਫੁੱਟ ਥ੍ਰੈਸ਼ਰ ਹੈ ਉਹ 9.5 ਲੱਖ ਰੁਪਏ ਦੀ ਹੈ ਠੀਕ ਹੋ ਗਿਆ ਉਸ ਤੋਂ ਬਾਅਦ ਇੱਕ 4.5 ਫੁੱਟ ਥ੍ਰੈਸ਼ਰ ਹੈ ਉਹ 10,80,000 ਰੁਪਏ ਦੀ ਹੈ ਉਹਦਾ ਵਜ਼ਨ ਜ਼ਿਆਦਾ ਹੈ ਇਸ ਤੋਂ ਚਾਦਰ ਵਜ਼ਨੀ ਹੈ ਫਰੇਮ ਵਜ਼ਨੀ ਹੈ ਵੇਟ 4 ਨੇ ਅੱਛਾ ਇਹਨਾਂ ਪੈਸੇ ਤੁਸੀਂ ਬੈਲਟ ਬੁਲਟ ਹਰ ਚੀਜ਼ ਦਾ ਮੁਕੰਮਲ ਬਿਲਕੁਲ ਸ਼ਾਫਟ ਕਰਾ ਸ਼ਾਫਟ ਨਾਲ ਗਰੀਸ ਕਰਕੇ ਦੇਣੀ ਹੈ ਸਿਰਫ ਜਦੋਂ ਜਾ ਕੇ ਚਲਾਣੀ ਹੈ ਠੀਕ ਹੋ ਗਿਆ ਅੱਛਾ ਜਿਹੜੀ ਹੁਣ ਨਵੀਂ ਹਾਰਵੈਸਟ ਥ੍ਰੈਸ਼ਰ ਬਣ ਰਹੀ ਹੈ ਇੱਕ ਟਰੈਕਟਰ ਵਿੱਚ ਖੜਾ ਰਹਿੰਦਾ ਹੈ ਇਹੋ ਹੀ ਹੈ ਇਹੋ ਹੀ ਹੈ ਇਹੋ ਹੀ 440 ਨਵਾਂਦੇ ਨੇ ਇਹਦੇ ਵਿੱਚ ਟਰੈਕਟਰ ਖੜਾ ਰਹਿਣਾ ਛੋਟੀ ਸ਼ਾਫਟ ਹੋਣੀ ਬਿਲਕੁਲ ਇਸ ਕੁੰਡੇ ਤੱਕ ਠੀਕ ਹੋ ਗਿਆ ਟਰੈਕਟਰ ਦੇ ਵਿੱਚ ਪਿੰਨ ਵਿੱਚ ਪਈ ਵਿੱਚ ਹੀ ਖੜਾ ਰਹਿਣਾ ਵਿੱਚ ਹੀ ਖੜਾ ਰਹਿਣਾ ਸ਼ਾਫਟ ਤੁਸੀਂ ਗੁੱਲਾ ਲਾਉਣਾ ਤੇ ਚੱਲ ਵਿਚਾਰੇ ਚਲੋ ਉਹ ਇੱਕ ਵਾਰੀ ਤੁਸੀਂ ਲਾ ਦਿਓ ਛੋਟਾ ਮੋਟਾ ਖੜੀ ਕਰਨੀ ਹੈ
ਸਿੱਧੀ ਕਰਕੇ ਹਾਂਜੀ ਗੇਅਰ ਲਾ ਦੇ ਬਸ ਗੇਅਰ ਲਾ ਦੇਣਾ ਕੁਝ ਵੀ ਨਹੀਂ ਕਰਨਾ ਚੱਲਣ ਲੱਗੇ ਹੈਲਦੀ ਹੁੰਦੀ ਬਿਲਕੁਲ ਉਹ ਸਾਡੀ ਗਾਰੰਟੀ ਬਿਲਕੁਲ ਸਾਡੀ ਗਾਰੰਟੀ ਬਿਲਕੁਲ ਸਾਡੀ ਗਾਰੰਟੀ ਬਿਲਕੁਲ ਲੇਕਿਨ ਆਪਾਂ ਜਦੋਂ ਠਲਣੀ ਹੈ ਉਲੇ ਇਹਦੇ ਟਾਇਰ ਤਾਂ ਕੱਢਣੇ ਪੈਣੇ ਟਾਇਰ ਕਿੱਥੇ ਕੱਢਣੇ ਤੁਸੀਂ ਨਹੀਂ ਕੱਢਣੇ ਟਾਇਰ ਨਹੀਂ ਕੱਢਣੇ ਐਸ ਨਾ ਤੇ ਖੜੀ ਕਰਨੀ ਐਵੇਂ ਤੁਸੀਂ ਗੇਅਰ ਲਾ ਦੇਣਾ ਤੇ ਚੱਲੋ ਇਸ ਤਰ੍ਹਾਂ ਖੜੀ ਇੱਥੇ ਟਾਇਰ ਮਾਰਨ ਦੇ ਨੇ ਚੱਲ ਸੋ ਚੱਲ ਚੱਲ ਸੋ ਚੱਲ ਅੱਛਾ ਕੀ ਬਾਤ ਜਾਣੀ ਕੋਈ ਨਹੀਂ ਬਸ ਇਹਦੀ ਲੈਣ ਸਿੱਧੀ ਕਰਨੀ ਠਲਣਾ ਸਿੱਧਾ ਕਰ ਅੱਛਾ ਇੱਧਰ ਵੀ ਬੈਂਡਰ ਤਿਆਰ ਹੋ ਗਿਆ ਹੈ ਹੁਣ ਰੰਗ ਤੇ ਆਇਆ ਇਹਨਾਂ ਬੈਂਡਰ ਤੇ ਗੋਦਾਮ ਜਿੱਥੇ ਰੰਗ ਬਣਾ ਉੱਥੋਂ ਤਿਆਰ ਹੋ ਗਏ ਤੇ ਗੋਦਾਮ ਤੱਕ ਸਿਰਫ ਕਲਰ ਵਗੈਰਾ ਬਸ ਜਿਹੜਾ ਗ੍ਰੀਸ ਵਗੈਰਾ ਹੁੰਦੀ ਹੈ ਜਬਰਦਸਤ ਹੋ ਗਿਆ ਮਾਸ਼ਾਅੱਲਾ ਬੜਾ ਸੋਹਣਾ ਤੁਹਾਡਾ ਕੰਮ ਲੱਗਿਆ ਜੀ ਤੇ ਥ੍ਰੈਸ਼ਰਾਂ ਦਾ ਵੀ ਉਸ ਤੋਂ ਬਾਅਦ ਬੈਂਡਰ ਦਾ ਤਾਂ ਕੰਮ ਤੁਹਾਡਾ ਪਹਿਲੇ ਤੋਂ ਬੈਂਡਰ ਦਾ ਹੀ ਕੰਮ ਹੈ ਬੈਂਡਰ ਦਾ ਮੇਨ ਕੰਮ ਸੀ ਬੈਂਡਰ ਦਾ ਮੈਂ ਥ੍ਰੈਸ਼ਰ ਤੇ 1978 ਤੋਂ ਅਸੀਂ ਬਣਾ ਰਹੇ ਹਾਂ ਸਹੀ ਤੇ ਸਾਡੇ ਬਾਲਾ ਸਾਹਿਬ ਨੇ ਕੰਮ ਸ਼ੁਰੂ ਕੀਤਾ 1978 ਦੇ ਵਿੱਚ ਥ੍ਰੈਸ਼ਰ ਦਾ ਬਾਈਂਡਰ ਦਾ 2016 ਦੇ ਵਿੱਚ ਪਾਕਿਸਤਾਨ ਦੇ ਵਿੱਚ ਦੁਨੀਆ ਜਾਣਦੀ ਜਿਹੜਾ ਇਲਾਕਾ ਹੈ ਨਾ ਬਾਈਂਡਰ ਦਾ ਬਾਈਂਡਰ ਚੱਲਦਾ ਪੋਠੋਹਾਰ ਵਿੱਚ ਪੋਠੋਹਾਰ ਦੇ ਲੋਕ ਸਬੂਤ ਦੇਣ ਦੇ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਰੈਪਰ ਬਾਈਂਡਰ ਤਿਆਰ ਕਰਨ ਵਾਲਾ ਸੁਹੇਲ ਹੀ ਹੈ ਹੋਰ ਬਕਾਇਆ ਆਪਣਾ ਸਾਰਾ ਲੋਕ ਕਹਿ ਰਹੇ ਨੇ ਦੋਸਤੋ ਬਾਈ ਨੇ ਜਿਹੜਾ ਨਾ ਸਾਨੂੰ ਬਾਈਂਡਰ ਰੈਪਰ ਬਾਈਂਡਰ ਦਾ ਵੀ ਰੇਟ ਦਿੱਤਾ ਸਾਡੇ ਬਾਈਂਡਰ ਸਾਡੇ ਰੈਪਰ ਦਾ ਵੀ ਰੇਟ ਦਿੱਤਾ ਹੈ ਮੂੰਗਫਲੀ ਗਾਹਣ ਵਾਲਾ ਥ੍ਰੈਸ਼ਰ ਹੈ ਮੂੰਗਫਲੀ ਪੱਟ ਕੇ ਜਿਹੜੀ ਗਾਹਣ ਵਾਲਾ ਉਸ ਤੋਂ ਬਾਅਦ ਇੱਕ ਮਸ਼ੀਨ ਬਣਾਉਂਦੇ ਹਾਂ ਅਸੀਂ ਮੂੰਗਫਲੀ ਚੁਣਾਈ ਵਾਲੀ ਜਿਸ ਟਾਈਮ ਮੂੰਗਫਲੀ ਪੱਟੀ ਜਾਂਦੀ ਹੈ ਜ਼ਮੀਨ ਦੇ ਵਿੱਚ ਤਕਰੀਬਨ ਤੀਸਰਾ ਹਿੱਸਾ ਮੂੰਗਫਲੀ ਜ਼ਮੀਨ ਦੇ ਵਿੱਚ ਹੀ ਰਹਿ ਜਾਂਦੀ ਹੈ ਉਸ ਤੋਂ ਬਾਅਦ ਉਹ ਮਸ਼ੀਨਾਂ ਹੁਣ ਕੱਢੀਆਂ ਪਈਆਂ ਨੇ ਇਹ ਮਸ਼ੀਨਾਂ ਜਿਹੜੀਆਂ ਮਿੱਟੀ ਚੁੱਕ ਕੇ ਛਾਣਨ ਦੇ ਵਿੱਚ ਸੁੱਟਦੀਆਂ ਨੇ ਤੇ ਇਹਨਾਂ ਹਾਂਜੀ ਉਹ ਮਸ਼ੀਨਾਂ ਸਾਡੇ ਕੋਲ ਆਦਰ ਨੇ ਤੇ ਇਹਦੇ 2-3 ਕਿਸਮਾਂ ਦੀਆਂ ਹੁੰਦੀਆਂ ਨੇ ਇੱਕ ਸਾਦਾ ਛਾਣਨਾ ਹੁੰਦਾ ਉਹ ਵੱਟੇ ਤੇ ਛੋਟੇ ਛੋਟੇ ਵੱਟੇ ਦੇ ਨਾਲ ਮੂੰਗਫਲੀ ਇਕੱਠੀ ਕਰਦਾ ਇਹ ਬਲੋਰ ਵਾਲੀਆਂ ਮਸ਼ੀਨਾਂ ਨੇ ਇਹਦੇ ਵਿੱਚ ਵੱਟੇ ਜਿਹੜੇ ਲਹਿਦਾ ਹੋ ਜਾਂਦੇ ਸਾਫ਼ ਮੂੰਗਫਲੀ ਉੱਤੇ ਟੈਂਕੀ ਦੇ ਵਿੱਚ ਚਾੜੇ ਦਾ ਇਹ ਮੂੰਗਫਲੀ ਮਿਸਾਲ ਹੈ ਮੂੰਗਫਲੀ ਐਸੀ ਸਪੈਸ਼ਲ ਹੈ ਜਿਹੜੀ ਜ਼ਮੀਨ ਦੇ ਵਿੱਚ ਮੂੰਗਫਲੀ ਰਹਿ ਜਾਂਦੀ ਜਿਹੜੇ ਸਾਲ ਜ਼ਾਇਆ ਹੋ ਜਾਂਦੀ ਗਲ ਜਾਂਦੀ ਹੈ ਇਹ ਉਹ ਲੋਕ ਉਹਦੇ ਨਾਲ ਫਿਰ ਵਿੱਚ ਚੁੱਕ ਲੈਂਦੇ ਉਹ ਸਾਰੀ ਬੜੀ ਔਖੀ ਬੱਜੀ ਪਈ ਜੀ ਇਟਲੀ ਦਾ ਡਿਜ਼ਾਈਨ ਲੈਂਕਾਂ ਵਾਲੀ ਜ਼ਿਆਦਾ ਲੈਂਕਾਂ ਵਾਲੀ ਦੂਸਰੀਆਂ ਵੀ ਅਸੀਂ ਬਣਾਉਂਦੇ ਹਾਂ ਗੋਬਲ ਜਿਹੜੀ ਟਾਇਰਾਂ ਲਈ ਵੀ ਬਣਾਉਂਦੇ ਆਦਰ ਨਹੀਂ ਪਈ ਹੁਣ ਇਸ ਟਾਈਮ ਥ੍ਰੈਸ਼ਰ ਦਾ ਸੀਜ਼ਨ ਹੈ ਇਹ ਜਿਹੜੇ ਲੈਂਕਾਂ ਵਾਲੀ ਹੈਰੋ ਹੈ ਜੀ ਇਹ ਆਪਣਾ ਕਿੰਨੇ ਤਵੇ ਤੱਕ ਹੁੰਦੀ ਹੈ ਜੀ 16 ਤੱਕ ਅਸੀਂ ਬਣਾਉਂਦੇ ਹਾਂ ਬਸ 16 ਤੱਕ ਦੂਸਰੀ ਜਿਹੜੀ ਟਾਇਰਾਂ ਵਾਲੀ ਜਿਹੜੀ ਗੋਬਲ ਜਿਹੜੀ ਉਹ ਟਾਇਰਾਂ ਵਾਲੀ ਉਹਦੇ ਵਿੱਚ 16-18 ਤੱਕ ਕਿਹੜਾ ਟਰੈਕਟਰ ਖਿੱਚਦਾ ਕਿੰਨੇ ਤਵੇ 16 ਤਵੇ ਨੇ ਇਹਨੂੰ ਇਹ ਤਕਰੀਬਨ ਗਾਜ਼ੀ ਤੋਂ ਲੈ ਕੇ ਉੱਤੇ ਸਾਰੇ ਟਰੈਕਟਰ ਲੈ ਜਾਂਦੇ ਨੇ ਇਹ ਕੂਲੇ ਰਕਬੇ ਵਾਸਤੇ ਮਿਸਾਲ ਥੋੜਾ ਮਹਿਰਾ ਰਕਬਾ ਹੋਇਆ ਨਾ ਉਹਦੇ ਵਾਸਤੇ ਜ਼ਿਆਦਾ ਕਾਮਯਾਬ ਹੈ ਪੱਕੇ ਰਕਬੇ ਵਾਸਤੇ ਫਿਰ ਦੂਸਰੀ ਜਿਹੜੀ ਉਹ ਟਾਇਰਾਂ ਵਾਲੀ ਜਿਹੜੀ ਉਹ ਹੈ ਹਾਂ ਜ਼ਬਰਦਸਤ ਹੋ ਗਿਆ